आए हो माफी लैन वास्ते की कहना चाहोगे इस बारे च? थोड़ा लोबो थले कर दो। वाहिगुरु जी का खालसा श्री वाहिगुरु जी की फतह। कल एक वीडियो वायरल होया सीगा जी टिकटॉक ते, बड़ा कह लो कि मैं मंदभागा समा समझदा उस जिहड़ा उहड़ा समा सीगा। फैमिली नाल जांदे सीगे मोहाली ते रस्ते दे विच असीं किते रुकणा सीगा, उत्थे मैं बैंक दे मूहरे गड्डी रोक के ते मैं गड्डी बंद कीती और बच्चे कहन लगे कि भी पापा तुसीं बंद करती है गड्डी, एसी नहीं हैगा, उत्तों असीं मास्क लाए हुए। तो मैं कहा पुत्तर बाहर वेखो तुसीं की समा चल रहा है ना। तो इदा ही गल शुरू हो गई, कहिंदे हाँ जी हाँ जी मालक ने पापा तां ही सारयां नूं इह समा दिखाया कि सारे शायद कितने ना कितने असी गुनाहगार हाँ, क्योंकि साढ़े घर अक्सर ही लॉकडाउन के दौरान यह गल चलती होंगी सी, पता नहीं महाराज नूं की मंजूर है, पता नहीं साढ़े तो कोई गुनाह गुस्ताखी हो गई इंसानों तो भी जिहड़ा एडा वड्डा जिहड़ा ये कोरोना वायरस फैलिया है ना। सो इतों ही मेरे दिमाग च वैसे मैं लाइना बोलती हैं अणजाणपुणे कि भी जिहड़ियां तुसीं लाइना मैं हुण दोबारा की बोलां, ते ਉਹ ਮੈਂ ਟਿਕਟੋਕ 'ਤੇ ਪਾਈਆਂ। ਟਿਕਟੋਕ 'ਤੇ ਅਸੀਂ ਫਿਰ ਉੱਥੋਂ ਤੁਰ ਪਏ ਹਾਂ ਅਤੇ ਰਸਤੇ 'ਚ ਘੰਟਾ ਡੇਢ ਘੰਟੇ ਦੀ ਮਤਲਬ ਡਰਾਈਵ ਸੀਗੀ ਅਸੀਂ ਰਸਤੇ 'ਚ ਰੁਕੇ, ਤਾਂ ਮੈਂ ਵੈਸੇ ਟਿਕਟੋਕ ਖੋਲ੍ਹ ਕੇ ਦੇਖਿਆ, ਮੈਂ ਕਿਹਾ ਵੇਖਦਾ ਵੀ ਕਿੰਨੇ ਕੁ ਵਿਊਜ਼ ਆ ਗਏ ਨੇ। ਵੈਸੇ ਜਿਵੇਂ ਜਨਰਲੀ ਆਪਾਂ ਆਰਟਿਸਟ ਲੋਕ ਦੇਖਦੇ ਹਾਂ, ਅਤੇ ਉਹ ਤਿੰਨ ਚਾਰ ਮੈਂ ਕਮੈਂਟ ਪੜ੍ਹੇ, ਉਹ ਕਮੈਂਟ ਥੋੜ੍ਹੇ ਨੈਗੇਟਿਵ ਸੀਗੇ। ਫਿਰ ਮੈਨੂੰ ਲੱਗਿਆ ਕਿ ਕਿਤੇ ਉਧਰਲੇ ਪਾਸੇ ਨੂੰ ਨਾ ਤੁਰ ਪਏ, ਜਿਧਰਲੇ ਪਾਸੇ ਨੂੰ ਗੱਲ ਤੁਰ ਪਈ ਆਲਰੇਡੀ ਹੈ ਨਾ। ਅਤੇ ਮੈਂ ਰਾਈਟ ਵੇ ਉਹ ਡਿਲੀਟ ਕਰਤੀ, ਉਸੇ ਵੇਲੇ ਮੈਂ ਡਿਲੀਟ ਕਰਤੀ ਵੀ ਨਹੀਂ, ਮਤਲਬ ਜੇ ਲੋਕਾਂ ਦੇ ਮਨਾਂ ਦੇ ਵਿੱਚ ਗਲਤ ਭਾਵਨਾ ਪੈਦਾ ਹੋ ਰਹੀ ਹੈ ਅਤੇ ਮਤਲਬ ਮੈਨੂੰ ਲੱਗਦਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਅਤੇ ਮੈਂ ਉਹ ਡਿਲੀਟ ਕਰਤੀ। ਮੈਂ ਮੋਹਾਲੀ ਪਹੁੰਚਦਾ ਹਾਂ ਅਤੇ ਮੋਹਾਲੀ ਪਹੁੰਚਦਿਆਂ ਮੇਰੇ ਆਫਿਸ ਤੋਂ ਮੈਨੂੰ ਫੋਨ ਆ ਜਾਂਦਾ ਕਿ ਭਾਅ ਜੀ ਤੁਸੀਂ ਇੱਦਾਂ ਦੀ ਕੋਈ ਗੱਲ ਕਹੀ ਆ ਵੀ ਲੋਕਾਂ ਦੇ ਫੋਨ ਆ ਰਹੇ ਨੇ। ਸੋ ਉਦੋਂ ਮੈਨੂੰ ਰਿਲਾਈਜ਼ ਹੋਇਆ ਕਿ ਅੱਛਾ ਯਾਰ ਮਤਲਬ ਵਾਕਈ ਵੱਡੀ ਗਲਤੀ ਹੋ ਗਈ ਆ। ਫਿਰ ਮੈਂ ਲਾਈਵ ਹੋਇਆ ਆਪਣੇ ਚੈਨਲ ਦੇ ਉੱਤੇ, ਜਿਹੜਾ ਮੇਰਾ ਆਪਣਾ ਫੇਸਬੁੱਕ ਪੇਜ ਹੈਗਾ ਉਹਦੇ ਉੱਤੇ, ਫਿਰ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਮੈਂ ਮਤਲਬ ਅਪੋਲੋਜਾਈਜ਼ ਕੀਤਾ ਹੈ। ਮੈਂ ਆਪਣੀ ਸਪਸ਼ਟੀਕਰਨ ਦਿੱਤਾ ਕਿ ਮੇਰਾ ਕੋਈ ਇੱਦਾਂ ਦਾ ਇੰਟੈਂਸ਼ਨ ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਜਿਸ ਗੁਰੂ ਨੂੰ ਮੈਂ ਬਚਪਨ ਤੋਂ ਫੋਲੋ ਕਰਦਾ, ਮੇਰੇ ਜਿਹੜੇ ਆਈਡਲ ਨੇ, ਮੇਰਾ ਪੂਰਾ ਪਰਿਵਾਰ ਮੰਨਦਾ, ਮੇਰੇ ਘਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਸਵੇਰੇ, ਸ਼ਾਮ ਨੂੰ ਮੈਂ ਰਹਿ ਰਾਸ ਕਰਦਾ ਹੈ ਨਾ, ਅਰਦਾਸ ਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਕਰਦਾ। ਸੋ ਮਤਲਬ ਇੱਦਾਂ ਕਿਵੇਂ ਹੋ ਸਕਦਾ ਕਿ ਮੈਂ ਇੰਟੈਂਸ਼ਨਲੀ ਉਸ ਗੁਰੂ ਬਾਰੇ, ਉਸ ਆਪਣੇ ਪੈਗੰਬਰ ਬਾਰੇ ਇੱਦਾਂ ਦੀ ਗੱਲ ਕਵਾਂ? ਸੋ ਮੈਂ ਜਦੋਂ ਸਵੇਰੇ ਉੱਠਦਾ ਹਾਂ ਤਾਂ ਮੀਡੀਆ ਦੇ ਵਿੱਚ ਬਹੁਤ ਸ਼ੋਰਗੁਲ ਹੋ ਚੁੱਕਾ ਸੀ ਉਦੋਂ ਤੱਕ, ਅਤੇ ਮੈਂ ਤਾਂ ਇਹੀ ਅਪੀਲ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਵੀ ਜਿੰਨੇ ਵੀ ਅਸੀਂ ਆਪਣੇ ਆਪਣੇ ਧਰਮ ਦਾ ਸਤਿਕਾਰ ਕਰਦੇ ਹਾਂ, ਅਸੀਂ ਸਾਨੂੰ ਸਿੱਖਿਜ਼ਮ ਦੇ ਵਿੱਚ ਇਹੀ ਸਿਖਾਇਆ ਗਿਆ ਸ਼ੁਰੂ ਤੋਂ ਕਿ ਸਰਬੱਤ ਦਾ ਭਲਾ, ਸਾਰੇ ਧਰਮ ਸਾਡੇ ਲਈ ਸਤਿਕਾਰਯੋਗ ਨੇ, ਔਰ ਸਾਡਾ ਧਰਮ ਜਿਹੜਾ ਆ ਉਹ ਸਰਬ ਪਰੇ ਆ, ਔਰ ਜਿਹੜਾ ਮੇਰੀ ਫੈਮਿਲੀ ਆ, ਮੇਰੇ ਬੱਚੇ ਨੇ, ਮੈਂ ਹਮੇਸ਼ਾ ਹੀ ਮੇਰੇ ਦੋ ਬੇਟੇ ਨੇ ਔਰ ਦੋਨੋਂ ਹੀ ਸਿੱਖੀ ਸਰੂਪ ਦੇ ਵਿੱਚ ਨੇ, ਸਰੂਪ ਸਿੱਖੀ ਸਰੂਪ ਨੂੰ ਮੈਂ ਕਹਿ ਸਕਦਾ ਉਹਨਾਂ ਦੇ ਕੇਸਧਾਰੀ ਨੇ, ਉਹ ਦੋਨੋਂ ਸਿੱਖੀ ਸਰੂਪ ਦੇ ਵਿੱਚ ਜਦੋਂ ਆਉਣਾ ਚਾਹੁਣ ਮੈਂ ਉਧਰਲੇ ਪਾਸੇ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਇਤਿਹਾਸ ਬਾਰੇ ਦੱਸਦਾ ਜੋ ਜੋ ਮੈਨੂੰ ਪਤਾ ਆ। ਸੋ ਇਹ ਸਾਰੀਆਂ ਚੀਜ਼ਾਂ ਮੇਰੇ ਮਨ ਦੇ ਵਿੱਚ ਨੇ, ਔਰ ਮੈਂ ਆਪਣੇ ਧਰਮ ਦੇ ਉੱਤੇ ਬਹੁਤ ਅਥਾਹ ਅਟੁੱਟ ਵਿਸ਼ਵਾਸ ਰੱਖਦਾ ਔਰ ਸਤਿਕਾਰ ਵੀ ਰੱਖਦਾ। ਮੈਂ ਜਥੇਦਾਰ ਸਾਹਿਬ ਨੂੰ ਮਿਲ ਕੇ ਆਪਣਾ ਜਿਹੜਾ ਮਾਫੀਨਾਮਾ ਆ ਉਹ ਆਪਣਾ ਸਪਸ਼ਟੀਕਰਨ ਦੇ ਨਾਲ ਦੋਨੋਂ ਚੀਜ਼ਾਂ ਮੈਂ ਉਹਨਾਂ ਨੂੰ ਸੌਂਪਦੀ ਹਾਂ, ਔਰ ਜੋ ਵੀ ਜਿਹੜੀ ਸਰਵਪਰੇ ਅਦਾਲਤ ਹੈ ਅਕਾਲ ਤਖਤ ਸਾਹਿਬ, ਉਹਨਾਂ ਵੱਲੋਂ ਜੋ ਵੀ ਮੈਨੂੰ ਸਜ਼ਾ ਲੱਗੇਗੀ ਮੈਨੂੰ ਮਨਜ਼ੂਰ ਆ, ਔਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਬਹੁਤ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਦੋਂ ਬੇਅਦਬੀ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਂ ਨੇ ਆਰਟਿਸਟ ਨੇ ਕੀਤੀ, ਮਤਲਬ ਮੇਰਾ ਨਾਮ ਜਦੋਂ ਜੁੜਦਾ ਮੇਰੇ ਲਈ ਉਹ ਬਹੁਤ ਜ਼ਿਆਦਾ ਭਾਵੁਕ ਲਾਈਨਾਂ ਨੇ। ਸੋ ਮੈਂ ਇਹੀ ਅਰਦਾਸ ਕਰੂੰਗਾ ਔਰ ਇਹੀ ਦੁਆ ਕਰੂੰਗਾ ਜਿੰਨੇ ਵੀ ਮੀਡੀਆ ਵਾਲੇ ਮੀਡੀਆ ਹਾਊਸਿਸ ਨੇ ਕਿ ਥੋੜ੍ਹੀ ਜਿਹੀ ਰਿਸਪੋਂਸੀਬਿਲਟੀ ਦੇ ਨਾਲ ਤੁਸੀਂ ਮੈਨੂੰ, ਕੱਲ੍ਹ ਨੂੰ ਇੱਕ ਵਾਰੀ ਫੋਨ ਕੀਤਾ ਜਾਂਦਾ ਤਾਂ ਮੈਨੂੰ ਚੰਗਾ ਲੱਗਦਾ ਕਿ ਮੈਂ ਆਪਣਾ ਸਪਸ਼ਟੀਕਰਨ ਦੇ ਸਕਦਾ ਹੁੰਦਾ, ਪਰ ਉਹਨਾਂ ਨੇ ਆਪਣੇ ਵੱਲੋਂ ਜੱਜ ਬਣਿਆ ਔਰ ਜੱਜ ਬਣ ਕੇ ਉਹਨਾਂ ਨੇ ਆਪਣੇ ਵੱਲੋਂ ਬਾਈਕ ਚਲਾ ਦਿੱਤੀ ਔਰ ਜਿਹੜੀ ਕਿ ਬਹੁਤ ਵਾਇਰਲ ਹੋਈ ਔਰ ਉਹ ਗਲਤ ਪਾਸੇ ਨੂੰ ਚਲੀ ਗਈ। ਮੈਂ ਇੱਕ ਚੀਜ਼ ਹੋਰ ਇਹਦੇ ਵਿੱਚ ਐਡ ਔਨ ਕਰਨਾ ਚਾਹੁੰਦਾ ਕਿ ਮੈਂ ਆਪਣੇ ਗੁਰੂ ਦਾ, ਆਪਣੇ ਜਿੰਨੇ ਵੀ ਮੇਰੇ ਦਸ ਗੁਰੂ ਨੇ, ਉਹਨਾਂ ਦੀ ਮੇਰੇ ਲਈ ਇਹ ਸਤਿਕਾਰ ਹੈ ਕਿ ਜਦੋਂ ਸ਼ਹੀਦੀਆਂ ਦੇ ਦਿਨ ਹੁੰਦੇ ਨੇ ਅਤੇ ਉਹ ਪੂਰੇ ਦਸੰਬਰ ਮਹੀਨੇ ਮੈਂ ਕੋਈ ਗਾਣਾ ਨਹੀਂ ਕਰਦਾ, ਕੋਈ ਗਾਣਾ ਰਿਲੀਜ਼ ਨਹੀਂ ਕਰਦਾ, 21 ਤਰੀਕ ਤੋਂ ਲੈ ਕੇ 27-28 ਤਰੀਕ ਤੱਕ ਸ਼ਹੀਦੀਆਂ ਦੇ ਦਿਨ ਹੁੰਦੇ ਨੇ ਛੋਟੇ ਸਾਹਿਬਜ਼ਾਦਿਆਂ ਦੇ, ਮੈਂ ਉਹਨਾਂ ਦਿਨਾਂ ਦੇ ਵਿੱਚ ਕੋਈ ਸ਼ੋਅ ਨਹੀਂ ਕਰਦਾ, ਇਹ ਮੈਂ ਪਿਛਲੇ 3-4 ਸਾਲ ਤੋਂ ਨਹੀਂ ਕਰ ਰਿਹਾ। ਸੋ ਮੇਰਾ ਇੰਨਾ ਅਥਾਹ ਵਿਸ਼ਵਾਸ ਆ, ਅਟੁੱਟ ਵਿਸ਼ਵਾਸ ਆ, ਔਰ ਜਦੋਂ ਕਿਤੇ ਮੈਂ ਉਦਾਸ ਹੋਵਾਂ, ਜਦੋਂ ਮੈਂ ਕਿਤੇ ਨਿਰਾਸ਼ ਹੋਵਾਂ ਜ਼ਿੰਦਗੀ ਤੋਂ, ਅਤੇ ਮੈਂ 2 ਵਾਰੀ ਦਰਬਾਰ ਸਾਹਿਬ ਜਲੰਧਰ ਤੋਂ ਆਪਣੇ ਘਰ ਤੋਂ ਚੱਲ ਕੇ ਆਉਣ ਦਾ ਮੈਨੂੰ ਮਹਾਰਾਜ ਨੇ ਬਲ ਬਖਸ਼ਿਆ। ਮੈਂ
इन्नी आस्था ते इन्नी इन्ना सत्कार रखदा अपने महाराज दे प्रति। सो मैं एक बार फिर समूह संगता तो जे गुस्ताखी हुई है तो उसकी मैं माफ़ी चाहना, और इंसान जिहड़ा गलतियां का पुतला आ, और बस वो गलतियां का पुतला समझ के माफ़ किया जाए। बहुत बहुत धन्यवाद। बस उन्होंने यही कहा कि महाराज बख्शनहार ने, और ये जरा दर जरा दरबार आदि जोड़े गुनाहगार ने उन्होंने हमेशा ही माफ़ी मिलती आई है और मिलती रहेगी, क्योंकि हरेक इंसान जो इंसान गलतियां ना करे, जो इंसान मतलब कोई गुनाह ना करे, फिर वो इंसान तो रब हो गया है ना। काले मेंढे कपड़े, काला मेंढा देश, गुनी भरा मैं फिर लोग कह दरवेश है ना। सो गुना का भरया हो मैं, और मैं लगता हुक्म अंदर सब को बहर हुक्म ना कोए। सो मैं लगता कि सारा कुछ उसकी रजा सी, महाराज की शायद उन्होंने यही मंजूर सगा जो कुछ होना सी। गीत बोलते कि